Amen.
ਇਸ ਭਾਵੇਂ ਸਰੀਰ ਕਰਕੇ ਤਾਂ ਸੰਗਤ ਵਿੱਚ ਬੈਠਾ ਹੋਵੇ ਪਰ ਮਨ ਕਰਕੇ ਘਰਾਂ ਦੇ ਧੰਦੇ ਹੀ ਕਰੀ ਜਾਂਦਾ ਹੈ, ਘਰਾਂ ਦੇ ਕੰਮ ਵੀ ਕਰੀ ਜਾਂਦਾ ਹੈ। ਇੱਥੇ ਬੈਠਿਆਂ ਵੀ ਮਨ ਸੁਲਕੀ ਜਾਂਦਾ ਹੈ, ਆਹ ਕੰਮ ਦਾ ਕੰਮ ਖਰਾਬ ਨਾ ਹੋ ਜਾਵੇ, ਪਤਾ ਨਹੀਂ ਕੀਤਾ ਜਾਣਾ ਕੀਤਾ, ਇਹੋ ਜਿਹੀਆਂ ਕਾਰਤਾਂ ਖੜੀ ਹੀ ਜਾਂਦਾ ਹੈ। ਪਰ ਜਦ ਪੂਰਾ ਮਨ ਖਿੰਗ ਜਾਵੇ ਹਰੀ ਜਸ ਦੇ ਵਿੱਚ, ਫਿਰ ਇਹ ਕਿਸ਼ਨ ਦਾ ਜਿਹੜਾ ਸੁੱਖ ਹੈ, ਆਨੰਦ ਹੈ ਸਤਸੰਗ ਦਾ, ਕਰੋੜਾਂ ਵਿਕੁੰਠਾਂ ਨਾਲੋਂ ਜ਼ਿਆਦਾ ਉਹਨਾਂ ਨਾਲ ਕੀਤਾ ਹੈ। ਅਰਜਨ ਰਾਮ 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 ਧਿਆਏ ਏਕ ਪਲਕ ਸੁਖ ਸਾਧ ਸਮਾਗਮ ਕੋਟ ਵਿਕੁੰਠੇ ਪਾਏ। ਇਹ ਸਤਿਗੁਰਾਂ ਨੇ ਗੱਡੀ ਮੋਹਰ ਲਾਈ ਹੈ। ਇਸ ਪਲਕ ਮਾਤਰ ਵੀ ਜਦ ਮਨ ਖਿੰਗ ਜਾਵੇ ਸੰਗਤ ਵਿੱਚ, ਕਰੋੜਾਂ ਵਿਕੁੰਠਾਂ ਨਾਲੋਂ ਕਿਤੇ ਜ਼ਿਆਦਾ ਆਨੰਦ ਸੁਖ ਪ੍ਰਾਪਤ ਹੁੰਦਾ ਹੈ। ਤਾਂ ਕਿ ਸਤਸੰਗ ਦੀ ਮਹਿਮਾ ਬਹੁਤ ਵੱਡੀ ਹੈ। ਮਨ ਦਾ ਸੁਭਾਵ ਹੈ ਜੈਸੀ ਨੂੰ ਸੰਗਤ ਮਿਲ ਜਾਵੇ ਤੈਸਾ ਹੀ ਰੰਗ ਧਾਰਨ ਕਰਦਾ ਹੈ। ਜੈਸੀ ਸੰਗਤ ਤੈਸੀ ਰੰਗਤ, ਜੇ ਮਾੜੀ ਸੰਗਤ ਮਿਲ ਜਾਵੇ ਤਾਂ ਮਾੜੇ ਖਿਆਲ, ਚੋਰਾਂ ਦੀ ਸੰਗਤ ਕਰਕੇ ਚੋਰੀ ਕਰਨੀ ਸਿੱਖ ਜਾਂਦਾ ਹੈ, ਜੂਏ ਵਾਲਿਆਂ ਦੀ ਸੰਗਤ ਕਰਕੇ ਜੂਆ ਖੇਡਣਾ ਸਿੱਖ ਜਾਂਦਾ ਹੈ, ਚਾਰ ਸੂਵੀ ਕਰਨ ਵਾਲੇ ਦੀ ਸੰਗਤ ਕਰਕੇ ਮਨੁੱਖ ਚਾਰ ਸੂਵੀ ਕਰਨ ਲੱਗ ਜਾਂਦਾ, ਚੁਸਤ ਰੰਗ ਬਣ ਜਾਂਦਾ ਹੈ, ਹੀਰਾ ਫੇਰੀ ਕਰਨ ਸਿੱਖ ਜਾਂਦਾ ਹੈ। ਜਿਹਨੂੰ ਵੀ ਸੰਗਤ ਕਰਦਾ ਹੈ ਉਹ ਜਿਹਾ ਹੀ ਸੁਭਾਵ ਮਨ ਧਾਰਨ ਕਰ ਲੈਂਦਾ। ਮਨ ਹੈ ਤਾਂ ਸਾਫ ਪਾਣੀ ਵਰਗਾ ਸਾਫ ਸ਼ੁੱਧ ਹੈ, ਪਰ ਪਾਣੀ ਵਿੱਚ ਜਿਹੋ ਜਿਹਾ ਰੰਗ ਘੋਲਿਆ ਜਾਵੇ ਵੈਸਾ ਹੀ ਰੰਗ ਦਿਖਾ ਦਿੰਦਾ ਹੈ। ਪਾਣੀ ਦਾ ਆਪਣਾ ਰੰਗ ਤਾਂ ਸਾਫ਼ ਸ਼ੁੱਧ ਹੀ ਹੈ, ਪਵਿੱਤਰ ਹੀ ਹੈ, ਪਰ ਜਿਹਨੂੰ ਵੀ ਰੰਗ ਵੀ ਸੰਗਤ ਕਰਦਾ ਹੈ ਉਹੋ ਜਿਹਾ ਬਣ ਜਾਂਦਾ ਹੈ। ਕਬੀਰ ਜੀ ਕਹਿੰਦੇ ਮਨ ਨੂੰ ਪੰਛੀ ਸਮਝ ਲਓ, ਕਿ ਵੀਰ ਮਨ ਪੰਛੀ ਪਾਇਆ ਉਹ ਉੱਡਦਾ ਦੱਸੇ ਜਾਏ, ਜੋ ਜੈਸੀ ਸੰਗਤ ਕਰੇ ਸੋ ਤੈਸਾ ਫਲ ਖਾਏ। ਮਨ ਪੰਛੀ ਦੇ ਸਮਾਨ ਹੈ, ਜਿਵੇਂ ਪੰਛੀ ਦਾ ਸੁਭਾਵ ਹੁੰਦਾ ਹੈ ਉੱਡ ਕੇ ਕਦੇ ਕਿਸੇ ਦਰਖਤੇ ਕਦੇ ਕਿਸੇ ਦਰਖਤੇ ਚਲੇ ਜਾਂਦਾ ਹੈ, ਕੱਚੇ ਪੱਕੇ ਫਲ ਜੋ ਹੁੰਦਾ ਉਹੋ ਜਿਹੇ ਉਸਨੂੰ ਖਾਣੇ ਪੈਂਦੇ ਹਨ। ਜਿਵੇਂ ਕਿ ਦਰਖਤ ਜਾ ਕੇ ਬੈਠਦਾ ਹੈ ਉਹੋ ਜਿਹਾ ਹੀ ਫਲ ਖਾਂਦਾ ਹੈ, ਜਿਵੇਂ ਮਾਰਦਾ ਚਾਹੇ ਕੌੜਾ ਹੀ ਹੋਵੇ। ਇਸੇ ਤਰ੍ਹਾਂ ਮਨ ਦਾ ਸੁਭਾਵ ਹੈ, ਜੈਸੀ ਸੰਗਤ ਕਰਦਾ ਹੈ ਚਾਹੇ ਮਾੜੀ ਹੈ ਚਾਹੇ ਚੰਗੀ ਹੈ, ਉਹ ਜਿਹੇ ਗੁਣ ਜ਼ਰੂਰ ਧਾਰਨ ਕਰ ਲੈਂਦਾ ਹੈ। ਸਾਫ ਜੋ ਹੋਇਆ ਸ਼ੁੱਧ ਜੋ ਹੋਇਆ ਮਨ, ਇਸ ਨੂੰ ਸੰਗਤ ਦਾ ਰੰਗ ਚੜਦਾ ਹੈ। ਤਾਂ ਕਿ ਜਿਹੋ ਜਿਹੀ ਮਨੁੱਖ ਸੰਗਤ ਕਰਦਾ ਹੈ ਉਹੋ ਜਿਹੇ ਸੁਭਾਅ ਉਹੋ ਜਿਹੇ ਰੰਗ ਚੜਦਾ ਹੈ। ਸਤਸੰਗ ਕਰਨ ਕਰਕੇ ਹੌਲੀ ਹੌਲੀ ਸਤਸੰਗ ਵਾਲੇ ਗੁਣ ਆਉਣ ਲੱਗ ਜਾਂਦੇ ਹਨ, ਮਨ ਸ਼ੁੱਧ ਹੋਣ ਲੱਗ ਜਾਂਦਾ ਹੈ, ਚੰਗੇ ਗੁਣਾਂ ਨੂੰ ਮੁੱਖ ਧਾਰਨ ਕਰਨ ਲੱਗ ਜਾਂਦਾ ਹੈ। ਮਾੜੀ ਸੰਗਤ ਕਰਕੇ ਉਹੋ ਜਿਹੇ ਮਾੜੇ ਸੁਭਾਅ ਮਾੜੇ ਗੰਦੇ ਖਿਆਲ ਮਾੜਾ ਸੁਭਾਅ ਪੱਕ ਜਾਂਦਾ ਹੈ। ਮਨੁੱਖ ਦਾ ਜਿਹੜਾ ਜੀਵਨ ਹੈ ਨਾ ਜਨਮ ਤੋਂ ਸ਼ੁੱਧ ਹੈ, ਮਨੁੱਖ ਵੀ ਪਾਣੀ ਵਾਂਗੂ ਸਾਫ਼ ਹੈ, ਮਨ ਸ਼ੁੱਧ ਹੈ, ਅਗਲੀ ਦਾ ਸਰੂਪ ਸ਼ੁੱਧ ਸਰੂਪ ਵੀ ਹੈ। ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ, ਜੇ ਵਿਚਾਰ ਕੀਤੀ ਜਾਵੇ ਤਾਂ ਕੁਦਰਤ ਪਰਮਾਤਮਾ ਦਾ ਰੂਪ ਹੀ ਹੈ। ਸਿਰਫ ਸੰਗਤ ਦਾ ਰੰਗ ਕਰਕੇ ਹੀ ਮਨ ਜੀਵ ਬਣਿਆ ਹੋਇਆ ਹੈ ਔਰ ਦੁਰਦਸ਼ਾ ਕਰਾਉਂਦਾ ਹੈ ਮਾੜੀ ਸੰਗਤ ਦੇ ਅਸਰ ਕਰਕੇ। ਵਾਸਤਵ ਵਿੱਚ ਇਹਦਾ ਆਪਣਾ ਸੁਭਾਅ ਜਿਹੜਾ ਬਿਲਕੁਲ ਸ਼ੁੱਧ ਸਾਫ਼ ਪਾਣੀ ਵਰਗਾ ਹੈ, ਸ਼ੀਸ਼ੇ ਵਰਗਾ ਸ਼ੁੱਧ ਹੈ ਮਨ। ਸ਼ੀਸ਼ੇ ਦੇ ਸਾਹਮਣੇ ਜਿਹੋ ਜਿਹੀ ਕੋਈ ਚੀਜ਼ ਆਵੇ ਉਹੋ ਜਿਹਾ ਪ੍ਰਤੀਬਿੰਬ ਦਿਖਾਈ ਜਾਂਦਾ ਹੈ, ਜਿਵੇਂ ਮਨ ਸ਼ੀਸ਼ੇ ਵਰਗਾ ਸ਼ੁੱਧ ਹੈ। ਜਿਹੋ ਜਿਹਾ ਕੋਈ ਮੂਹਰੇ ਚੀਜ਼ ਆਉਂਦੀ ਉਹਦੀ ਕਲਪਨਾ ਕਰਨ ਲੱਗ ਜਾਂਦਾ ਹੈ ਕੁਝ ਸਮੇਂ ਵਾਸਤੇ, ਪਰ ਜਿਵੇਂ ਸ਼ੀਸ਼ੇ ਨੂੰ ਜੇ ਸਾਫ਼ ਨਾ ਕੀਤਾ ਜਾਵੇ ਧੁੰਦ ਨਾਲ ਮੈਲਾ ਹੋ ਜਾਂਦਾ ਹੈ। ਹੁੰਦਾ ਤਾਂ ਸਾਫ਼ ਹੀ ਹੈ ਪਰ ਧੁੰਦ ਨਾਲ ਮੈਲਾ ਹੋ ਜਾਂਦਾ, ਮਲੀਨ ਹੋ ਜਾਂਦਾ, ਜਿਹੜਾ ਨਹੀਂ ਦਿਖਾ ਸਕਦਾ। ਇਸੇ ਤਰ੍ਹਾਂ ਮਨ ਜਦ ਮਾੜੀ ਸੰਗਤ ਕਰਕੇ ਮੈਲਾ ਹੋ ਜਾਂਦਾ ਹੈ ਗੰਦੇ ਖਿਆਲਾਂ ਕਰਕੇ, ਤਾਂ ਇਹਦੇ ਵਿੱਚ ਫਿਰ ਜਿਹੜਾ ਸ਼ੁੱਧਪੁਣਾ ਹੈ ਉਹ ਗਵਾ ਜਾਂਦਾ ਹੈ। ਸ਼ੀਸ਼ੇ ਨੂੰ ਨਾ ਸਾਫ਼ ਕਰੀਏ ਤੇ ਉਹ ਪ੍ਰਤੀਬਿੰਬ ਨਹੀਂ ਦਿਖਾਉਂਦਾ, ਚਿਹਰਾ ਨਹੀਂ ਦਿਖਾਉਂਦਾ। ਮਹਾਂਪੁਰਖਾਂ ਨੇ ਦੱਸਿਆ ਹੈ ਮਨ ਇੱਕ ਸ਼ੀਸ਼ਾ ਹੈ,
ਜਿਵੇਂ ਸ਼ੀਸ਼ੇ ਮੂਹਰੇ ਕੋਈ ਵੀ ਆਦਮੀ ਆਉਂਦਾ ਹੈ ਉਹਦਾ ਪ੍ਰਤੀਬਿੰਬ ਦਿਖਾਈ ਜਾਂਦਾ ਹੈ, ਪਰਛਾਵਾਂ ਕਿਹੋ ਜਿਹਾ ਆਦਮੀ ਹੈ। ਪਰ ਸ਼ੀਸ਼ੇ ਵਿੱਚ ਇੱਕ ਗੁਣ ਬਹੁਤ ਵੱਡਾ ਹੈ, ਜਿਹੋ ਜਿਹਾ ਮਨੁੱਖ ਆਉਂਦਾ ਉਹਦਾ ਪ੍ਰਤੀਬਿੰਬ ਦਿਖਾਉਂਦਾ ਹੈ, ਪਰ ਜਦ ਮਨੁੱਖ ਅੱਗੇ ਲੰਘ ਜਾਂਦਾ ਨਾਲ ਹੀ ਪ੍ਰਤੀਬਿੰਬ ਤੋੜ ਦਿੰਦਾ ਹੈ, ਉਸ ਨੂੰ ਫੜ ਕੇ ਨਹੀਂ ਰੱਖਦਾ ਸ਼ੀਸ਼ਾ। ਸ਼ੀਸ਼ੇ ਵਿੱਚ ਇਹ ਗੁਣ ਹੈ, ਜਿਹੋ ਜਿਹਾ ਵੀ ਕੋਈ ਆਦਮੀ ਆਉਂਦਾ ਹੈ ਉਹਦਾ ਪ੍ਰਤੀਬਿੰਬ ਦਿਖਾ ਦਿੰਦਾ ਹੈ, ਪਰ ਉਹਨੂੰ ਪਕੜਦਾ ਨਹੀਂ, ਉਹਨੂੰ ਨਾਲ ਦੀ ਨਾਲ ਤੋੜੀ ਜਾਂਦਾ ਹੈ। ਇਹ ਮਨ ਦਾ ਸੁਭਾਵ ਹੈ, ਜਿਹੜੀ ਜੀ ਮੂਹਰੇ ਆਉਂਦੀ ਪੂਰਨਾ ਮੂਹਰੇ ਆਉਂਦਾ ਉਹਦਾ ਰੂਪ ਹੀ ਬਣ ਲੱਗ ਜਾਂਦਾ ਹੈ, ਉਸ ਨੂੰ ਪਕੜ ਕੇ ਰੱਖਦਾ ਹੈ, ਤਾਂ ਹੀ ਮਨ ਗੰਦਾ ਹੋ ਜਾਂਦਾ ਹੈ। ਜੇ ਉਸਨੂੰ ਤਿਆਗੇ ਨਾ ਤਾਂ ਪੂਰਨਿਆਂ ਦੇ ਨਾਲ ਮਨ ਮੈਲਾ ਹੋ ਜਾਂਦਾ ਹੈ, ਗੰਦਾ ਹੋ ਜਾਂਦਾ ਹੈ, ਉਹ ਜਿਹੇ ਖਿਆਲ ਬਣ ਜਾਂਦੇ ਹਨ। ਮਹਾਂਪੁਰਖ ਦੱਸਦੇ ਹਨ ਆਪਣੇ ਮਨ ਨੂੰ ਸ਼ੀਸ਼ੇ ਨੂੰ ਬਣਾ ਕੇ ਰੱਖੇ, ਜਿਵੇਂ ਸ਼ੀਸ਼ਾ ਕਿਸੇ ਦੇ ਪਰਛਾਵੇਂ ਨੂੰ ਪ੍ਰਤੀਬਿੰਬ ਨੂੰ ਧਾਰਦਾ ਨਹੀਂ, ਦਿਖਾਉਂਦਾ ਜ਼ਰੂਰ ਹੈ ਸਾਹਮਣੇ ਆਇਆ, ਪਰ ਜਦ ਆਦਮੀ ਅੱਗੇ ਚਲੇ ਜਾਂਦਾ ਨਾਲ ਦੀ ਨਾਲ ਪ੍ਰਤੀਬਿੰਬ ਨੂੰ ਤੋੜ ਦਿੰਦਾ ਹੈ, ਵਿਗੜ ਕੇ ਨਹੀਂ ਰੱਖਦਾ। ਇਸੇ ਤਰ੍ਹਾਂ ਮਨੁੱਖ ਜਿਹੜੀ ਮਰਜ਼ੀ ਸੰਗਤ ਕਰੀ ਜਾਵੇ ਪਰ ਮਨ ਨੂੰ ਸ਼ੀਸ਼ੇ ਨੂੰ ਸਾਫ਼ ਰੱਖੇ, ਉਹ ਸੰਗਤ ਦਾ ਅਸਰ ਨਾ ਕਬੂਲੇ, ਮਾੜੀ ਸੰਗਤ ਦਾ ਅਸਰ ਨਾ ਕਬੂਲੇ, ਅਤੇ ਆਪਣੇ ਪ੍ਰਤੀਬਿੰਬ ਨੂੰ ਪਕੜ ਕੇ ਨਾ ਰੱਖੇ, ਬਸ ਆਇਆ ਮਨੁੱਖ ਵਿਦਾ ਕਰਦਾ, ਆਇਆ ਪੂਰਨਾ ਮਾੜਾ ਚੰਗਾ ਮਨ ਦੇ ਵਿੱਚ ਵਿਦਾ ਕਰਦੇ, ਉਸ ਪੂਰਨੇ ਨੂੰ ਪਕੜ ਕੇ ਨਾ ਰੱਖੇ। ਜਦ ਅਸੀਂ ਪੂਰਨਾ ਪਕੜ ਕੇ ਰੱਖਾਂਗੇ ਮਨ ਸਾਡਾ ਮਲੀਨ ਹੋ ਜਾਏਗਾ, ਕਿਉਂਕਿ ਬਹੁਤੇ ਪੂਰਨੇ ਇਕੱਠੇ ਹੋ ਜਾਣਗੇ, ਉਹ ਹੀ ਮਨ ਵੀ ਦੁਖੀ ਅਸ਼ਾਂਤ ਅਤੇ ਦੁਖੀ ਹੁੰਦਾ, ਵਾਰ ਵਾਰ ਦਿਨ ਮਨ ਦੇ ਚੱਕਰ ਵਿੱਚ ਆਉਂਦਾ ਹੈ, ਜਿਹੜਾ ਬਹੁਤੇ ਸੰਸਕਾਰਾਂ ਨੂੰ ਧਾਰਨ ਕਰ ਲੈਂਦਾ ਛੱਡਦਾ ਨਹੀਂ। ਮਨ ਨੂੰ ਸ਼ੀਸ਼ੇ ਨੂੰ ਸਭ ਤੋਂ ਸਾਫ਼ ਰੱਖਣਾ ਹੈ, ਆਇਆ ਪੂਰਨਾ ਮਿੰਟ ਤੋਂ ਮਿੰਟ ਗਿਆ ਪੂਰਨਾ ਨਾਲ ਦੀ ਨਾਲ ਸੰਕਲਪ ਦੋਸਤੇ, ਉਸ ਨੂੰ ਪਕੜਨਾ ਨਹੀਂ, ਇਹੋ ਹੀ ਦੁੱਖ ਦਾ ਕਾਰਨ ਹੈ। ਤਾਂ ਕਿ ਉਹ ਮਨ ਦਾ ਸੁਭਾਵ ਹੈ, ਜੈਸੀ ਸੰਗਤ ਐਸੀ ਰੰਗਤ, ਦੋਹਾਂ ਜਿਹੇ ਰੰਗ ਚੜ ਜਾਂਦਾ ਹੈ। ਹੋਰ ਕਰਕੇ ਬਹੁਤ ਸਾਰੇ ਜਾਨਵਰ ਪਸ਼ੂ ਪੰਛੀ ਵੀ ਮਨੁੱਖ ਦੀ ਸੰਗਤ ਕਰਕੇ ਮਨੁੱਖ ਵਾਲਾ ਸੁਭਾਵ ਧਾਰਨ ਕਰ ਲੈਂਦੇ ਹਨ, ਅਤੇ ਉਹਨਾਂ ਜਾਨਵਰ ਕਿਸਮ ਦਾ ਸਾਰੇ ਤੋਤੇ ਤਾਂ ਨਹੀਂ ਹੁੰਦੇ, ਪਰ ਇਹ ਖਾਸ ਕਿਸਮ ਦਾ ਤੋਤਾ ਹੁੰਦਾ ਹੈ, ਉਸ ਨੂੰ ਜਿਹੋ ਜਿਹਾ ਪੜ੍ਹਾਇਆ ਜਾਵੇ ਉਹੋ ਜਿਹਾ ਕੁਛ ਸਿੱਖ ਜਾਂਦਾ ਹੈ। ਜੇ ਉਸਨੂੰ ਰਾਮ ਰਾਮ ਸਿਖਾਇਆ ਜਾਵੇ ਤਾਂ ਰਾਮ ਰਾਮ ਸਿੱਖ ਜਾਂਦਾ ਹੈ, ਜੇ ਗਾਲਾਂ ਸਿਖਾਈਆਂ ਜਾਣ ਤਾਂ ਗਾਲਾਂ ਸਿੱਖ ਜਾਂਦਾ ਹੈ। ਦੱਸਿਆ ਹੈ ਸਾਧ ਦਰ ਸਾਧ ਸਰਨ ਸੁਖਿਆਰੀ, ਉਹ ਰਾਮ ਰਾਮ ਉਹ ਦੇ ਹਨਕਾਰੀ। ਤੁਲਸੀ ਰਾਮ ਵਿੱਚ ਤੁਲਸੀ ਜੀ ਕਥਨ ਕਰਦੇ ਹਨ, ਦੁਸ਼ਟਾਂ ਦੇ ਘਰ ਦੇ ਵਿੱਚ ਅਤੇ ਗੁਰੂ ਖਾਨ ਦੇ ਘਰ ਵਿੱਚ ਦੋ ਤੋਤੇ ਹਨ। ਗੁਰੂ ਖਾਨ ਦੇ ਘਰ ਵਿੱਚ ਜਿਹੜਾ ਤੋਤਾ ਹੈ ਉਹਦਾ ਰਾਮ ਰਾਮ ਪੜ੍ਹਦਾ ਹੈ, ਸਿੱਖਿਆ ਹੋਇਆ, ਜਦ ਕੋਈ ਆਉਂਦਾ ਹੈ ਰਾਮ ਰਾਮ ਬੁਲਾਉਂਦਾ ਹੈ। ਮਨਮੁੱਖਾਂ ਦੇ ਘਰ ਵਿੱਚ ਜਿਹੜਾ ਤੋਤਾ ਹੈ ਉਹ ਗਾਲਾਂ ਕੱਢਦਾ ਹੈ, ਕਿਉਂਕਿ ਉਹਨਾਂ ਦੀ ਸੰਗਤ ਕਰਕੇ ਉਹ ਤੋਤਾ ਵੀ ਗਾਲਾਂ ਕੱਢਣ ਲੱਗ ਜਾਂਦਾ ਹੈ। ਤੋਤਾ ਇੱਕੋ ਹੀ ਹੈ, ਦੋਨਾਂ ਦਾ ਸੁਭਾਵ ਨਸ਼ਲ ਇੱਕ ਹੈ, ਪਰ ਦੇਖੋ ਸੰਗਤ ਦਾ ਰੰਗ ਤੋਤੀ ਦਾ ਤੋਤਾ ਉਹੋ ਜਿਹੇ ਸੁਭਾਅ ਉਹੋ ਜਿਹੀਆਂ ਗਾਲਾਂ ਕੱਢੀਆਂ ਸਿੱਖ ਜਾਂਦੇ ਆ ਮਾੜੀ ਸੰਗਤ ਕਰਕੇ। ਹਾਂ, ਉਹਨਾਂ ਨੂੰ ਸੰਗਤ ਦਾ ਅਸਰ ਹੁੰਦਾ ਹੈ, ਗੁਰਮੁਖਾਂ ਦੀ ਸੰਗਤ ਕਰਕੇ ਮਨੁੱਖ ਨਾਮ ਜਪਣ ਲੱਗ ਜਾਂਦਾ ਹੈ, ਤੋਤਾ ਨਾਮ ਜਪਣ ਲੱਗ ਜਾਂਦਾ ਹੈ ਰਾਮ ਰਾਮ। ਜਿਵੇਂ ਪਾਤਸ਼ਾਹ ਮਹਾਰਾਜ ਲਾਹੌਰ ਦੇ ਵਿੱਚ ਕਈ ਮਹੀਨੇ ਠਹਿਰੇ ਸਨ, ਜਹਾਂਗੀਰ ਪਾਤਸ਼ਾਹ ਸਤਿਗੁਰਾਂ ਦਾ ਜਦ ਵੀ ਜਵਾਨੀ ਤੇ ਪ੍ਰਤਾਪ ਦੇਖ ਕੇ ਇਹਨੂੰ ਭਰਮ ਪੈ ਗਿਆ, ਇਹਨਾਂ ਦੇ ਪਿਤਾ ਨੂੰ ਸ਼ਹੀਦ ਕੀਤਾ ਗਿਆ ਹੈ, ਕਿਤੇ ਦੇਸ਼ ਵਿੱਚ ਬਗਾਵਤ ਨਾ ਕਰ ਦੇਣ ਆਪਣੇ ਪਿਤਾ ਦਾ ਬਦਲਾ ਲੈਣ ਵਾਸਤੇ, ਜੰਗ ਨਾ ਛੇੜ ਦੇਣ, ਇਹਦੀ ਗੁੱਟਣ ਮਿਲਦੀ ਸੀ ਸਤਿਗੁਰਾਂ ਨੂੰ ਨਾਲ ਹੀ ਰੱਖਦਾ ਜਿੱਥੇ ਜਾਂਦਾ ਆਪ, ਵੀ ਇਹਨਾਂ ਨੂੰ ਅੱਡ ਨਾ ਕਰੋ, ਅੱਡ ਹੋ ਕੇ ਕਿਤੇ ਕੋਈ ਦੇਸ਼ ਵਿੱਚ ਗੜਬੜ ਨਾ ਪੈਦਾ ਕਰ ਦੇਣਾ। ਇਹਨਾਂ ਜਿਤਨੇ ਮਹੀਨੇ ਲਾਹੌਰ ਰਿਹਾ, ਲਾਹੌਰ ਵਿੱਚ ਸਤਿਗੁਰਾਂ ਨੂੰ ਨਾਲ ਰੱਖਿਆ, ਕਈ ਮਹੀਨੇ ਕਸ਼ਮੀਰ ਵਿੱਚ ਰਿਹਾ, ਉੱਥੇ ਹੀ ਸਤਿਗੁਰਾਂ ਨੂੰ ਨਾਲ ਰੱਖਿਆ। ਸਤਿਗੁਰਾਂ ਦਾ ਬਾਰ ਬਾਰ ਮੇਰਾ ਹੁੰਦਾ ਜਹਾਂਗੀਰ ਦਾ ਕਿਲੇ ਵਿੱਚ, ਇੱਕ ਦਿਨ ਕਹਿਣ ਲੱਗਾ ਮਹਾਰਾਜ ਜੀ ਦੇਖੋ ਤੁਸੀਂ ਦੁਨੀਆਂ ਦੇ ਪਾਤਸ਼ਾਹ ਕਹਾਉਂਦੇ ਹੋ, ਤੁਹਾਨੂੰ ਤੁਹਾਡੇ ਸਿੱਖ ਸੱਚੇ ਪਾਤਸ਼ਾਹ ਕਹਿੰਦੇ ਹਨ, ਅਤੇ ਮੈਂ ਦੇਸ਼ ਦਾ ਪਾਤਸ਼ਾਹ ਹਾਂ, ਮੈਨੂੰ ਲੋਕ ਪਾਤਸ਼ਾਹ ਹੀ ਕਹਿੰਦੇ ਹਨ,
ਪਰ ਮਹਾਰਾਜ ਤੁਹਾਡੇ ਤੰਬੂ ਦਾ ਬਾਹਰ ਬਿਬਿਆਂ ਤੇ ਆ, ਪਹਾੜੀਆਂ ਤੇ ਆ, ਤੇ ਮੈਂ ਕਿਲੇ ਦੇ ਵਿੱਚ ਬੈਠਾ, ਬੜੇ ਸੁਰੱਖਿਅਤ ਆਲੇ ਦੁਆਲੇ ਫੌਜਾਂ ਹਨ। ਦੇਖੋ ਹੁਣ ਪਾਤਸ਼ਾਹ ਕੌਣ ਹੈ, ਤੁਸੀਂ ਹੋ ਕੇ ਮੈਂ ਪਾਤਸ਼ਾਹ ਹਾਂ। ਤੁਹਾਡੇ ਬਾਹਰ ਤੰਬੂ ਹਨ, ਚੰਗੀ ਸਾਫ ਜਗ੍ਹਾ ਨੀ, ਪਹਾੜੀ ਦੇ ਉੱਪਰ ਤੁਹਾਡੇ ਤੰਬੂ ਲੱਗੇ ਹਨ, ਤੇ ਮੇਰੇ ਪਾਸ ਸਾਰੀਆਂ ਸਹੂਲਤਾਂ ਹਨ, ਕਿਲੇ ਦੇ ਵਿੱਚ ਹਾਂ, ਸਾਰੇ ਸਾਧਨ ਆਲੇ ਦੁਆਲੇ ਫੌਜਾਂ ਹਨ, ਤੇ ਪਾਤਸ਼ਾਹ ਕੌਣ ਹੋਇਆ? ਸਾਹਿਬ ਕਹਿਣ ਲੱਗੇ, ਠੀਕ ਹੈ, ਅੱਜ ਤੇਰੇ ਹੱਥ ਵਿੱਚ ਤਾਕਤ ਹੈ, ਤੇਰੇ ਆਲੇ ਦੁਆਲੇ ਫੌਜਾਂ ਹਨ, ਤੇ ਕਿਲੇ ਦੇ ਵਿੱਚ ਹੈ, ਪਰ ਇਹ ਦੇਖ ਅੱਜ ਤੋਂ ਥੋੜੇ ਸਾਲ ਬਾਅਦ ਵਿੱਚ ਅੱਜ ਇੱਥੇ ਤਾਂ ਸਾਡੇ ਤੰਬੂ ਲੱਗੇ ਹਨ ਪਹਾੜੀਆਂ ਦੇ ਉੱਪਰ, ਇੱਥੇ ਤਾਂ 100 ਫੁੱਟ ਨਿਸ਼ਾਨ ਸਾਹਿਬ ਝੂਲਣਗੇ, ਸੋਨੇ ਦੇ ਛੱਤਰ ਝੂਲਣਗੇ ਗੁਰਦੁਆਰਿਆਂ ਦੇ ਉੱਪਰ, ਤੇ ਤੇਰੇ ਕਿਲਿਆਂ ਵਿੱਚ ਉੱਲੂ ਬੋਲਣਗੇ, ਉਜਾੜਾ ਹੋ ਜਾਣੀ ਆ। ਅੱਛਾ ਦੇਖ ਲਈ, ਸਾਰੇ ਕਿਲੇ ਜਿੱਥੇ ਜਿੱਥੇ ਬਾਦਸ਼ਾਹਾਂ ਦੇ ਹਨ, ਇਹ ਪਹਿਲਾਂ ਨੂੰ ਉੱਲੂ ਬੋਲਦੇ ਹਨ। ਇਹ ਵੀ ਹਾਲਤ ਮਹਾਰਾਜ ਕਹਿਣ ਲੱਗੇ, ਸਾਡੇ ਜਿਹੜੇ ਸਥਾਨ ਹਨ ਜਿੱਥੇ ਸਾਡੇ ਤੰਬੂ ਲੱਗੇ ਹਨ, ਇੱਥੇ ਖਾਲਸੇ ਦੇ ਸੁਨਹਿਰੀ ਖਾਲਸਾ ਵਾਲੇ ਬੜੇ ਬੜੇ ਗੁਰਦੁਆਰਿਆਂ ਦੇ ਸਦੇ ਝੁਲਣਗੇ, ਨਿਸ਼ਾਨ ਸਾਹਿਬ ਚਮਕਣਗੇ, ਔਰ ਦੂਰੋਂ ਹੀ ਦਿਸਿਆ ਕਰਨਗੇ ਸੁਨਹਿਰੀ ਰੰਗ ਦੇ, ਤੇ ਤੇਰੇ ਆਕਲਿਆਂ ਦੇ ਵਿੱਚ ਤਾਂ ਬੁਰੀ ਹਾਲਤ ਹੋਣੀ, ਢਹਿ ਜਾਣਿਆਂ ਨੇ ਉਹਨੂੰ ਪੁੱਛਣਾ ਵੀ ਨਹੀਂ ਕਿਸੇ ਨੇ। ਖਾਲਸਾ ਜੋ ਵੀ ਆ, ਜਿੱਥੇ ਵਾਸਣ ਦੇ ਕਿਲੇ ਹਨ, ਉਹ ਲੋਕ ਬੋਲਦੇ ਹਨ, ਰਿਆੜਾਂ ਆਪਣੀਆਂ, ਦੇਖ ਕੇ ਡਰ ਲੱਗਦਾ ਹੈ। ਇਹੋ ਸਾਧਿਆ ਛੇਵੇਂ ਪਾਤਸ਼ਾਹ ਨੂੰ ਜਾਣਗੇ ਨਾਲ ਹੀ ਲੱਗਦਾ, ਲਾਹੌਰ ਦੇ ਵਿੱਚ ਕਈ ਮਹੀਨੇ ਟਿਕਿਆ ਰਿਹਾ ਨਾਲ ਹੀ ਸਤਿਗੁਰਾਂ ਨੂੰ, ਫੌਜਾਂ ਵਾਸਤੇ ਜੋ ਭਾਅ ਦਾਣਾ ਸੀ ਉਹ ਵੀ ਆਪ ਭੇਜਦਾ। ਸਤਿਗੁਰਾਂ ਦਾ ਬਾਹਰ ਤੰਬੂ ਜੋ ਕਿਸੇ ਘਰ ਸਿੰਘ ਦੇ ਘਰ ਦੇ ਵਿੱਚ ਡੇਰਾ ਹੁੰਦਾ, ਪਰ ਸਤਿਗੁਰ ਜੀ ਬਾਹਰ ਹੀ ਤੰਬੂ ਲਾਇਆ ਕਰਦੇ ਸਨ। ਉੱਥੇ ਆ ਖੁੱਲੀ ਜਗ੍ਹਾ ਦੇ ਦਰਸ਼ਨ ਦਿਵਾਉਣ ਲੱਗਦਾ। ਪੰਜ ਸਾਹਿਬ ਘੋੜੇ ਦੇ ਸਵਾਰ ਹੋਏ, ਲਾਹੌਰ ਸ਼ਹਿਰ ਦੇ ਬਾਜ਼ਾਰ ਦੇ ਵਿੱਚ ਵੀ ਜਾ ਰਹੇ ਹਨ, ਕੁਝ ਦੂਰ ਤੇ ਗਏ, ਕੁਝ ਲੋਕਾਂ ਦਾ ਇਕੱਠ। ਮਹਾਰਾਜ ਦਾ ਚੱਲਦਾ ਚੱਲਦਾ ਘੋੜਾ ਉੱਥੇ ਰੁਕ ਜਾਂਦਾ ਹੈ, ਤੇ ਉਹ ਲੋਕ ਕੀ ਦੇਖਦੇ ਹਨ, ਇੱਕ ਤੋਤਾ ਪਿੰਜਰੇ ਵਿੱਚ ਬੰਦ ਕੀਤਾ ਹੋਇਆ, ਤੋਤੇ ਦਾ ਮਾਲਕ ਜਿਵੇਂ ਕਹਿੰਦਾ ਨਾ, ਉਸੇ ਤਾਂ ਮਗਰ ਬੋਲਦਾ। ਜੇ ਕਿਸੇ ਨੂੰ ਕਹਿੰਦਾ ਗਾਲਾਂ ਕੱਢ ਦੇ ਨੂੰ, ਤੇ 2000 ਗਾਲਾਂ ਕੱਢ ਦਿੰਦਾ। ਜਦੋਂ ਸਤਿਗੁਰੂ ਜੀ ਖੜੇ ਹੋਏ ਘੋੜੇ ਦੇ ਉੱਪਰ, ਉਸ ਤਰ੍ਹਾਂ ਜਾ ਕੇ ਘੋੜੇ ਦੇ ਬੈਠੇ ਉਠਾਏ, ਦੇਖਣ ਲੱਗ ਪਏ ਕਿ ਇਹ ਕਾਹਦਾ ਗੁਜਰਾ ਕਾਹਦਾ ਇਕੱਠ ਹੈ, ਕਿ ਉਹ ਤੋਤਾ ਗੱਲਾਂ ਕਰੇ। ਉਹ ਤੋਤੇ ਦਾ ਮਾਲਕ ਕਹਿਣ ਲੱਗਾ, ਇਹ ਸਤਿਗੁਰੂ ਹਨ, ਤੇ ਇਹਨਾਂ ਨੂੰ ਰਾਮ ਰਾਮ ਬੁਲਾ। ਉਹ ਤੋਤਾ ਸਿੱਖਿਆ ਹੋਇਆ ਕਹਿਣ ਲੱਗਾ, ਸਤਿਗੁਰੂ ਜੀ ਰਾਮ ਰਾਮ, ਬੜੇ ਪਿਆਰ ਨਾਲ ਤੋਤਲੀ ਜ਼ੁਬਾਨ ਨਾਲ ਤੋਤੇ ਨੇ ਰਾਮ ਰਾਮ ਕਹਿਣਾ। ਮਹਾਰਾਜ ਬੜੇ ਪ੍ਰਸੰਨ ਹੋਏ, ਤੇ ਦੇਖ ਕੇ ਫਿਰ ਤੁਰਨ ਲੱਗੇ, ਕਹਿਣ ਲੱਗੇ, ਕਿੰਨਾ ਸਿਆਣਾ ਜਾਨਵਰ, ਜੋ ਕੁਛ ਸਿਖਾਇਆ ਜਾਵੇ ਉਹ ਕੁਛ ਸਿੱਖ ਜਾਂਦਾ ਹੈ। ਜਿਹਨਾਂ ਨੇ ਬੇਨਤੀ ਕੀਤੀ, ਮਹਾਰਾਜ ਇਸ ਨੂੰ ਲੈ ਲਈਏ, ਕਹਿਣ ਲੱਗੇ, ਜਾਨਵਰ ਹੈ, ਪਿੰਜਰੇ ਵਿੱਚ ਬੰਦ ਹੈ, ਕੈਦ ਕੀਤਾ ਹੋਇਆ ਹੈ, ਤਾਂ ਚੰਗਾ ਜੇ ਮਿਲ ਜਾਵੇ, ਕੋਈ ਹੱਦ ਵੀ ਨਹੀਂ, ਰਾਮ ਰਾਮ ਪੜਿਆ ਹੋਇਆ, ਚੰਗੇ ਬਚਨ ਸੁਣਾਉਂਦਾ, ਰੱਬ ਦੇ ਬਚਨ ਸੁਣਾਉਂਦਾ। ਇਹ ਹੁੰਦਾ ਕਿ ਸਤਿਗੁਰੂ ਅੱਗੇ ਚੱਲ ਪਏ ਬਾਹਰ ਸ਼ਿਕਾਰ ਕਰਨ ਦੇ ਬਹਾਨੇ, ਤੇ ਨਾਲ ਮਗਰੇ ਸੰਗਤਾਂ। ਪਰ ਇੱਕ ਸਿੱਖ ਉਹਦੇ ਮਨ ਦੇ ਵਿੱਚ ਇਹ ਗੱਲ ਜੱਜ ਗਈ, ਇਹ ਤੋਤਾ ਮੈਂ ਸਤਿਗੁਰਾਂ ਵਾਸਤੇ ਪ੍ਰਾਪਤ ਕਰਾਂ ਜਿਵੇਂ ਹੋ ਸਕੇ, ਕਿਉਂਕਿ ਸਤਿਗੁਰਾਂ ਦੀ ਸਲਾਹ ਤਾਂ ਕੀਤੀ ਹੈ, ਵਡਿਆਇਆ ਹੈ, ਇੱਕ ਜਾਨਵਰ ਪੰਛੀ ਕਿਵੇਂ ਮਨੁੱਖਾਂ ਨੂੰ ਗੱਲਾਂ ਕਰਦਾ ਹੈ, ਇਸ ਤਰ੍ਹਾਂ ਰਾਮ ਰਾਮ ਬੁਲਾਉਂਦਾ ਹੈ, ਤੇ ਮੈਂ ਇਸਨੂੰ ਜਿਵੇਂ ਹੋ ਸਕੇ ਉਸੇ ਤਰ੍ਹਾਂ ਹੀ ਖਰੀਦ ਕੇ ਸਤਿਗੁਰਾਂ ਦੀ ਭੇਟਾ ਕਰਾਂ, ਮੇਰਾ ਜਨਮ ਮਰਨ ਕੱਟਿਆ ਜਾਊਗਾ, ਜੇ ਸਤਿਗੁਰੂ ਜੀ ਖੁਸ਼ ਹੋ ਜਾਣ। ਕਿਉਂਕਿ ਸਿੱਖ ਗੁਰੂ ਦੇ ਵਾਸਤੇ ਬਹੁਤ ਵੱਡੀ ਕੁਰਬਾਨੀ ਕਰ ਦਿੰਦਾ ਹੈ, ਜੋ ਚੰਗੀ ਤੋਂ ਚੰਗੀ ਚੀਜ਼ ਹੁੰਦੀ ਹੈ ਨਾ, ਸਿੱਖ ਆਪਣੇ ਗੁਰੂ ਵਾਸਤੇ ਭੇਟਾ ਕਰਦਾ ਹੈ। ਸਿੱਖ ਨੂੰ ਇਹੋ ਹੀ ਚੌਥਾ ਹੀ ਚੰਗਾ ਲੱਗਾ, ਇਹ ਬੜਾ ਕੀਮਤੀ ਸਿਆਣਾ ਜਾਨਵਰ ਹੈ, ਸਤਿਗੁਰਾਂ ਨੇ ਸਲਾਹਿਆ ਹੈ,
ਬੜੀ ਪਿਆਰ ਦੀ ਨਜ਼ਰ ਨਾਲ ਦੇਖਿਆ ਹੈ। ਤੇ ਕਿਉਂ ਨਾ ਮੈਂ ਇਸ ਤੋਤੇ ਨੂੰ ਖਰੀਦ ਕੇ ਸਤਿਗੁਰਾਂ ਦੀ ਭੇਟਾ ਕਰਾਂ, ਉਸਦੀ ਖੁਸ਼ੀ ਪ੍ਰਾਪਤ ਕਰਾਂ। ਖੜਾ ਰਿਹਾ, ਉਹਨੂੰ ਕਹਿਣ ਲੱਗਾ, ਭਾਈ ਤੂੰ ਇਹ ਤੋਤਾ ਦੇ ਸਕਦਾ? ਕਹਿਣ ਲੱਗਾ, ਹਾਂ ਦੇ ਸਕਦਾ, ਪਰ ਤੂੰ ਇਹਦੀ ਕੀਮਤ ਤਾਰੇ ਜੇ ਪੂਰਾ, ਕਿਉਂਕਿ ਬੜੀ ਮਿਹਨਤ ਨਾਲ ਜਾਨਵਰ ਸਿਖਾਇਆ ਹੋਇਆ, ਪੜ੍ਹਾਇਆ ਹੋਇਆ, ਜਿਵੇਂ ਕਹੀ ਉਵੇਂ ਬੋਲਦਾ ਹੈ, ਪਰ ਜੇ ਕੋਈ ਇਹਦੀ ਪੂਰੀ ਕੀਮਤ ਦੇਵੇ। ਕਹਿਣ ਲੱਗਾ, ਕਿੱਥੋਂ ਤੱਕ? ਕਹਿਣ ਲੱਗਾ, ਕੀਮਤ ਇਹਦੀ ਬਹੁਤ ਹੈ, ਪਰ 100 ਰੁਪਈਆ। ਕਹਿਣ ਲੱਗਾ, ਮੈਂ ਵਜਨ ਤੇ ਪੱਕਾ ਰਹੀ ਹਾਂ, ਤੇ ਮੈਂ ਤੈਨੂੰ 100 ਰੁਪਈਆ ਲਿਆ ਦੇਣਾ। ਹੁਣ ਭੱਜਿਆ ਗਿਆ ਘਰੇ, 100 ਰੁਪਈਆ ਲੈ ਵੀ ਕਹਿੰਦਾ ਫੜ ਦੇ ਦੇਖ ਤੋਤਾ। ਕਹਿਣ ਲੱਗਾ, ਵੀ ਇਹ ਤਾਂ ਉਦੋਂ ਹੀ 100 ਰੁਪਈਆ ਭਾਅ ਸੀ ਜੇ ਤੂੰ ਤੂੰ ਦੇ ਦਿੰਦਾ, ਪਰ ਹੁਣ ਇਹ ਤਾਂ ਮਹਿੰਗਾ ਹੋ ਗਿਆ ਤੋਤਾ। ਕਿੰਨਾ ਕੁ? ਕਹਿਣ ਲੱਗਾ, 1000 ਰੁਪਈਏ ਦਾ। ਮੈਨੂੰ ਤਾਂ ਬਾਅਦ ਪਤਾ ਲੱਗਾ, ਮੈਂ ਤਾਂ ਇਹਨੇ ਤੈਨੂੰ ਤੋਤੇ ਇੱਧਰ ਵੀ ਕਹਿਤਾ 100 ਰੁਪਈਆ, 100 ਰੁਪਈਆ ਤਾਂ ਪੁੱਛੂ ਮੇਰੀ ਕੀਮਤ 1000 ਰੁਪਈਆ। ਉਹ ਕਹਿਣ ਲੱਗਾ, ਚੰਗਾ ਭਰਾਵਾ, 1000 ਰੁਪਈਆ ਤੂੰ ਲਿਆ ਦੇਣਾ, ਪਰ ਮੈਨੂੰ ਨਾ ਮੁਕਰੇ। ਕਹਿਣ ਲੱਗਾ, ਨਹੀਂ, ਵੀ ਆਪ ਲੱਗ ਗਏ। ਉਹਨਾਂ ਸਮਾਂ ਦੇ ਵਿੱਚ 100 ਰੁਪਈਆ ਅੱਜ ਦੇ 1000 ਵਰਗਾ ਸੀ, ਤੇ ਰੁਪਈਆ 100 ਮਿਲਣਾ ਬੜਾ ਮੁਸ਼ਕਿਲ ਹੁੰਦਾ, ਪੈਸੇ ਵੀ ਬਹੁਤ ਕਮੀ ਹੁੰਦੇ। ਘਰ ਦੇ ਵਿੱਚ ਪਤਾ ਕੀਤਾ, ਪਰ ਘਰ ਵਿੱਚ 1000 ਰੁਪਈਆ ਕਿਤੇ 100 ਰੁਪਈਆ ਮਸੀਂ ਜਿਹੜਾ ਉਹਨੂੰ ਦੇਤਾ। ਹੁਣ ਕਹਿਣ ਲੱਗਾ, ਮੈਂ ਖਰੀਦਾਂ ਦੋਹਲਾ ਤੋਤੇ ਵਾਲਾ ਮੁਕਰ ਗਿਆ, 1000 ਰੁਪਈਆ ਮੰਗਦਾ, ਤੇ ਕਿਵੇਂ ਨਾ ਕਿਵੇਂ ਪੈਦਾ ਕਰੋ। ਆਪਣੀ ਮਾਂ ਦੇ ਗਹਿਣੇ, ਘਰ ਵਾਲੀ ਦੇ ਗਹਿਣੇ ਲਿਜਾ ਕੇ ਸੁਨਿਆਰ ਦੇ ਪਾਸ ਰੱਖ ਕੇ ਵਿਆਜੂ 1000 ਰੁਪਈਆ ਚੱਕ ਲਏ। ਬੜੀ ਖੁਸ਼ੀ ਨਾਲ ਭੱਜਿਆ ਹੀ ਆਉਂਦਾ, ਲੈ ਵੀ ਕਹਿੰਦਾ ਭਰਾਵਾ ਪਾਉਣਾ 1000 ਰੁਪਈਆ ਤੇ ਜੇ ਤੋਏ ਦਾ ਭੇਜਾ। ਉਹ ਦੋਤੇ ਵਾਲੇ ਦਾ ਮਨ ਬੇਈਮਾਨ ਹੋ ਰਿਹਾ, ਜਿਉਂ ਜਿਉਂ ਸਿੱਖ ਆਪਣਾ ਪਿਆਰ ਦਿਖਾ ਰਿਹਾ, ਵੀ ਇਹਦਾ ਹਰ ਗੱਲ ਗੁਰੀ ਹਾਜ਼ਰ ਕਰਦਾ, ਜੇ 100 ਮੰਗਿਆ 100 ਲੈਂਦਾ, 1000 ਮੰਗਿਆ 1000 ਲੈਂਦਾ। ਕਹਿਣ ਲੱਗਾ, ਭਾਈ ਇਹ ਤਾਂ ਉਦੋਂ ਹੀ 1000 ਸੀ ਜਦ ਤੈਨੂੰ ਮੈਂ ਕਿਹਾ ਸੀ, ਹੁਣ ਤਾਂ ਇਹਦੀ ਕੀਮਤ ਬਹੁਤ ਵੱਧ ਗਈ। ਮਨ ਮੈਲਾ ਹੋ ਗਿਆ, ਵੀ ਸਿੱਖ ਜਿਹੜੇ ਆ ਸੁਣਿਆ ਵੀ ਆਪਣੇ ਗੁਰੂ ਵਾਸਤੇ ਵੱਡੀ ਤੋਂ ਵੱਡੀ ਕੁਰਬਾਨੀ ਕਰ ਦਿੰਦੇ ਆ। ਉਹ ਕਹਿਣ ਲੱਗਾ, ਭਰਾਵਾ ਤੂੰ ਦੱਸ ਸਹੀ ਜਿਹੜੀ ਕੀਮਤ ਚਾਹੁੰਦਾ। ਕਹਿਣ ਲੱਗਾ, ਇਹਦੀ ਕੀਮਤ ਹੁਣ ਬਹੁਤ ਵੱਡੀ ਵੱਧ ਗਈ ਆ, 1000 ਰੁਪਈਆ ਇਹਦੇ ਬਰਾਬਰ ਕੁਛ ਵੀ ਨਹੀਂ। ਉਹਦਾ ਮਨ ਮੈਲਾ ਸੀ, ਇਹਨੂੰ ਪਤਾ ਸੀ ਗੁਰੂ ਘਰ ਸਿੱਖ ਸੀ ਭਾਈ ਹਰਪਾਲ ਇਹਦਾ ਨਾਮ, ਇਹਦੀ ਭੈਣ ਬੜੀ ਸੁੰਦਰ ਸੀ, ਨੌਜਵਾਨ 16 ਸਾਲ ਦੀ ਉਮਰ, ਇਹ ਵੀ ਦੇਖੀ ਹੋਈ ਸੀ। ਕਹਿਣ ਲੱਗਾ, ਭਾਈ ਹਰਪਾਲ ਜੀ ਉਹ ਤੋਤਾ ਲੈਣਾ ਹੀ ਆ ਨਾ, ਤਾਂ ਆਪਣੀ ਭੈਣ ਨੂੰ ਲਿਆ ਦੇ, ਉਹਦੇ ਬਦਲੇ ਤੋਤਾ ਦਊਂ ਤੈਨੂੰ ਮੈਂ। ਗੱਲ ਤਾਂ ਬਹੁਤ ਉੱਚੀ ਕੀਤੀ ਸੀ, ਕੋਈ ਅੱਜ ਦਾ ਸਿੱਖ ਉਹਨਾਂ ਦਾ ਰਿਲੇਟਡ ਭਾਰਤ ਲੈਣ ਪਾਉਣ ਦੇ ਨਾਲ ਵੀ ਇਹ ਗੱਲ ਕਹੀ ਕਿਉਂ, ਪਰ ਸਿੱਖ ਦੇ ਮਨ ਵਿੱਚ ਪਿਆਰ ਕਦੋਂ ਪੈਂਦਾ ਸੀ ਆਪਣੇ ਗੁਰੂ ਦੀ ਖੁਸ਼ੀ ਵਾਸਤੇ। ਕਹਿਣ ਲੱਗਾ, ਲੈ ਭਰਾਵਾ ਹੁਣ ਨਾ ਮੁੱਕਣੀ, ਫਿਰ ਮੈਂ ਆਪਣੀ ਭੈਣ ਹੀ ਲਿਆ ਦੇਣਾ ਤੈਨੂੰ। ਗਿਆ ਕੋਈ ਮਾਂ ਨੂੰ, ਕਹਿਣ ਲੱਗਾ, ਮਾਂ ਮੈਂ ਸਤਿਗੁਰਾਂ ਦੇ ਵਾਸਤੇ ਤੋਤਾ ਖਰੀਦਣਾ ਹੈ, ਪਰ ਤੋਤੇ ਦਾ ਮਾਲਕ ਦਾ ਜਿਹੜਾ ਮਨ ਉਹ ਬੇਈਮਾਨ ਹੋ ਜਾਂਦਾ, ਪਹਿਲੇ 100 ਰੁਪਈਆ ਮੰਗਿਆ 1000 ਮੰਗਿਆ, ਉਹ ਵੀ ਹੁਣ ਉਹ ਕਹਿੰਦਾ ਤੋਤਾ ਤਾਂ ਮਿਲ ਜਾ ਆਪਣੀ ਭੈਣ ਦਾ ਸਾਗ ਮੈਨੂੰ ਦੇ ਦੇ, ਭੈਣ ਦੇ ਦੇ, ਉਹ ਲਿਆ ਤੋਤਾ ਲੈ ਜਾ। ਤੇ ਮੈਂ ਆਪਾਂ ਇਵੇਂ ਕਿਤੇ ਇਹਨੂੰ ਬੁਲਾਉਣਾ ਹੀ ਆ ਕਿਸੇ ਘਰ ਦੇ ਵਿੱਚ ਕਿਸੇ ਪੱਲੇ ਤੋਂ, ਆਪਾਂ ਉਸੇ ਨੂੰ ਦੇਣੀਏ ਗੁਰੂ ਦੀ ਖੁਸ਼ੀ ਪ੍ਰਾਪਤ ਕਰੀਏ। ਮਾਂ ਵੀ ਸਿਆਣੀ ਸੀ, ਘਰ ਵਾਲੀ ਨੂੰ ਲੈ ਕੇ ਲੜਕੀ ਨੂੰ ਬਸ ਚੰਗੇ ਪਵਾ ਕੇ ਭੈਣ ਨੂੰ ਤੇ ਲਿਆਂਦਾ ਨਾਲ। ਕਹਿਣ ਲੱਗਾ, ਲੈ ਭਰਾਵਾ ਹੁਣ ਨਾ ਮਨ ਬੇਈਮਾਨ ਕਰੇ। ਤੋਤੇ ਵਾਲੇ ਦਾ ਮਨ ਫੇਰ ਬੇਈਮਾਨ ਹੋ ਗਿਆ, ਫੇਰ ਵੀ ਰਜਿਆ ਨੀ ਮਨ, ਫੇਰ ਵੀ ਬੇਈਮਾਨ ਹੋ ਗਿਆ। ਨਾ ਵੀ ਕਹਿਣ ਲੱਗਾ, ਇਹ ਤਾਂ ਉਦੋਂ ਹੀ ਮੁੱਲ ਸੀ ਇਹਦੇ ਜਦ ਤੈਨੂੰ ਮੈਂ ਕਿਹਾ ਸੀ, ਹੁਣ ਤੂੰ ਆਪਣੀ ਭੈਣ ਨੂੰ ਲੈ ਜਾ, ਇਹਦਾ ਮੁੱਲ ਨੀ ਦੇ ਸਕਦਾ ਤੂੰ। ਉਹ ਕਹਿਣ ਲੱਗਾ, ਦੱਸ ਤਾਂ ਸਹੀ ਤੂੰ ਕਿੰਨਾ ਕੁ, ਫੇਰ ਵੀ ਹੋਰ ਕੁਛ। ਕਹਿਣ ਲੱਗਾ, ਤੇਰੀ ਲੜਕੀ ਆ ਨਾ, ਉਹ ਵੀ ਲਿਆ ਕੇ ਇਹਨੂੰ ਇੱਥੇ ਬਿਠਾ ਜਾ। ਬੜੀ ਮੂਰਖਾਂ ਨਾਲ ਮੇਰਾ ਮਨ ਹੋ ਰਿਹਾ ਸੀਗਾ, ਪਰ ਜਿਉਂ ਜਿਉਂ ਸਿੱਖ ਸ਼ਰਧਾ ਦੇ ਨਾਲ ਝੋਗਰਾ ਜਾ ਰਿਹਾ ਸੀ, ਉਹਦੀ ਹਰ ਮੰਗ ਪੂਰੀ ਕਰਦਾ ਸੀ, ਉਹ ਹੋਰ ਭੁੱਖਾ
ਮਨ ਦੇ ਵਿੱਚ ਅਸੀਨਾ ਵੱਧਦੀ ਜਾਂਦੀ ਆ। ਤਾਂ ਹੀ ਦੱਸਿਆ ਨਾ ਭੁੱਖਿਆ ਭੁੱਖ ਨਾ ਕਲੀਜੇ ਬੰਨਾ ਬੁਰੀਆਂ ਪਾਰ। ਮਨੁੱਖੀ ਕਿਰਿਆ ਜਿਹੜੀ ਉਹ ਕਿਤੇ ਰੁਕਦੀ ਨੀ। ਸੌਲਾ ਕਹਿੰਦਾ ਹਜ਼ਾਰ ਹੋਵੇ, ਹਜ਼ਾਰ ਵਾਲਾ ਕਹੀ ਜਾਂਦਾ ਲੱਖ ਹੋਵੇ, ਲੱਖ ਵਾਲਾ ਕਹਿੰਦਾ ਕਰੋੜ ਹੋਵੇ, ਕਰੋੜ ਵਾਲਾ ਕਹਿੰਦਾ ਦੋ ਕਰੋੜ ਹੋਵੇ। ਰੰਜ ਦਾ ਫੇਰ ਨੀ ਜੇ ਦੋ ਕਰੋੜ ਵੀ ਮਿਲ ਜਾਵੇ। ਲਿਖਣਾ ਵੱਧਦੀ ਜਾਂਦੀ ਹੈ। ਸੌ ਰੁਪਈਏ ਤੋਂ ਹਜ਼ਾਰ, ਹਜ਼ਾਰ ਤੋਂ ਭੈਣ, ਤੇ ਭੈਣ ਦੇ ਵੀ ਪ੍ਰਾਪਤ ਕਰਕੇ ਵੀ ਤ੍ਰਿਪਤ ਨਹੀਂ ਹੋਇਆ ਮਨ, ਕਿਉਂਕਿ ਮਨ ਭੁਖਾਨਾ ਮਨੁੱਖ ਦਾ ਓਨਾ ਹੀ ਵੱਧਦਾ ਜਾਂਦਾ ਹੈ। ਮਨ ਨੂੰ ਆਕਾਸ਼ ਵਾਂਗੂ ਜਾਂ ਸਮੁੰਦਰ ਵਾਂਗੂ ਮੰਨਿਆ ਹੈ। ਜਿੰਨਾ ਮਰਜ਼ੀ ਸਮੁੰਦਰ ਵਿੱਚ ਪਾਣੀ ਪੀ ਜਾਵੇ ਉਹ ਹੇਠਾਂ ਹੀ ਜਾਂਦਾ, ਇਹੋ ਹੀ ਮਨ ਦੇ ਮਨ ਦਾ ਸੁਭਾਵ ਹੈ। ਜਿੰਨਾ ਇਹਨੂੰ ਪਦਾਰਥ ਦੇ ਜੋ ਹੋਰ ਤਸ਼ੀਨਾ ਵਧੀ ਜਾਂਦੀ ਵਧੀ ਜਾਂਦੀ ਹੈ, ਰਿਜਣ ਵਾਲਾ ਨਹੀਂ ਗਾ, ਨਾ ਇਹਨੂੰ ਕੋਈ ਰਜਾ ਹੀ ਸਕਦਾ ਹੈ। ਇਤਨਾ ਪੇਟ ਵੱਡਾ ਨਾ ਕਰ ਦੇ ਜਾਣਾ ਦਾ ਵੀ ਵਾਰ ਵਾਰ ਮੁਕਰੀ ਜਾਣ।
ਬਾਰ ਬਾਰ ਮੁਕਤ ਹੀ ਜਾਵੇ। ਕਹਿਣ ਲੱਗਾ ਨਹੀਂ, ਐਤਕਾ ਨੀ ਮੈਂ ਮੁਕਾਦਾ ਆਪਣੇ ਭੈਣ ਨੂੰ ਹੀ ਲੈ ਗਿਆ। ਜਾ ਕੇ ਕਹਿਣ ਲੱਗਾ ਆਪਣੇ ਮਾਂ ਦੇ ਘਰ ਵਾਲੇ ਨੂੰ ਇਕੱਠਿਆਂ ਕਰਕੇ, ਕਹਿਣ ਲੱਗਾ ਦੋਧੇ ਵਾਲੇ ਦਾ ਮਨ ਬੇਈਮਾਨ ਹੋ ਰਿਹਾ। ਉਹ ਕਹਿ ਰਿਹਾ ਵੀ ਆਪਣੀ ਲੜਕੀ ਵੀ ਲਿਆ ਕੇ ਦੇ, ਤੇ ਵੱਡੇ ਹੋਏ ਕਿਸੇ ਦੇ ਘਰ ਦਾ ਤੋਰ ਨੀ ਤੋਰਨੀ ਆ, ਤੇ ਉਸ ਨੂੰ ਕਿਉਂ ਨਾ ਦੇ ਦੇਈਏ, ਉਹ ਖੁਸ਼ ਹੋ ਜਾਵੇ, ਤੋਤਾ ਪ੍ਰਾਪਤ ਕਰ ਲਈਏ, ਸਾਡੇ ਸਾਰੇ ਪਰਿਵਾਰ ਦਾ ਹੀ ਭਲਾ ਹੋ ਜਾਊਗਾ। ਸਤਿਗੁਰੂ ਕੋਸ਼ਿਸ਼ ਕਰਨਗੇ ਆਪਣੇ ਸਾਰੇ ਪਰਿਵਾਰ ਦੇ ਬੇੜੇ ਪਾਰ ਕਰ ਦੇਣਗੇ। ਤੇ ਆਪਾਂ ਗੁਰੂ ਦਾ ਹੀ ਆਪਣਾ ਸਭ ਕੁਛ, ਕਿਉਂਕਿ ਸਿੱਖ ਦਾ ਹੁੰਦਾ ਹੀ ਕੁਛ ਨੀ, ਮੇਰਾ ਤੁਝਕੋ ਸੌਂਪ ਦੇ ਕੇ ਲਾਗੇ ਮੇਰਾ, ਜੋ ਸਿੱਖ ਦਾ ਧਨ ਪਦਾਰਥ ਸਾਰਾ ਕੁਛ ਗੁਰੂ ਦਾ ਹੈ। ਸਾਡਾ ਕੀ ਹੈ, ਆਪਣੀ ਤੱਕ ਮਮਤਾ ਹੈ, ਪਾਲਣਾ ਹੈ, ਫਰਜ਼ ਪੂਰਾ ਕਰਨਾ ਹੈ, ਤੇ ਸਾਰੇ ਸਤਿਗੁਰੂ ਦੇ ਪਦਾਰਥ ਹਨ। ਇਹ ਸਿੱਖ ਆਪਣੀ ਮਾਂ ਨੂੰ ਤੇ ਆਪਣੇ ਘਰ ਵਾਲੇ ਨੂੰ ਵੀ ਇਹ ਵੀ ਕਿਤੇ ਗੁੱਸੇ ਨਾ ਹੋਏ ਹਨ, ਤੇ ਬੜੇ ਪਿਆਰ ਦੇ ਨਾਲ ਕਹਿ ਰਿਹਾ, ਕਹਿਣ ਲੱਗਾ ਭਲੇ ਉਹ ਆਪਣੇ ਸਾਰਿਆਂ ਦਾ ਭਲਾ, ਇਹਦੇ ਵਿੱਚ ਜੇ ਕਿਤੇ ਤੋਤਾ ਮਿਲ ਜਾਵੇ, ਸਤਿਗੁਰੂ ਆਪਣੇ ਬੇੜੇ ਪਾਰ ਕਰ ਦੇਣਗੇ। ਪ੍ਰਭ ਸਭ ਕਿਛ ਤੇਰਾ ਜੀ ਮੈਂ ਕਿਸ਼ਨਾ ਕਹਿਣ ਲੱਗਾ ਭਾਗਾਂ ਵਾਲੀਏ, ਇਹਦਾ ਸਭ ਪਦਾਰਥ ਸਤਿਗੁਰੂ ਦੇ ਹਨ, ਤੇ ਉਹਨਾਂ ਦੀ ਦਾਤ ਉਹਨਾਂ ਦੀ ਖੁਸ਼ੀ ਵਾਸਤੇ ਜੇ ਅਸੀਏ ਤਾਂ ਇਹਦੇ ਵਿੱਚ ਆਪਣਾ ਕੀ ਫਰਕ ਪੈਂਦਾ। ਘਰ ਵਾਲੇ ਨੂੰ ਮਨਾ ਲਿਆ, ਮਾਂ ਨੂੰ ਮਨਾਇਆ, ਪਰ ਘਰ ਵਾਲੀ ਦਾ ਜਿਹੜਾ ਸੀ ਕੁਛ ਡੋਲਦਾ ਸੀ, ਹੁਣ ਬਚਨ ਮੋੜ ਵੀ ਨਹੀਂ ਸਕਦੀ। ਸਿੱਖ ਪ੍ਰੇਮ ਦੇ ਵਿੱਚ ਰੰਗਿਆ ਹੋਇਆ ਵੱਡੀ ਤੋਂ ਵੱਡੀ ਕੁਰਬਾਨੀ ਕਰਨਾ ਚਾਹੁੰਦਾ ਹੈ, ਆਪਣੇ ਪਤੀ ਦੀ ਖੁਸ਼ੀ ਵਾਸਤੇ ਕਹਿਣ ਲੱਗੇ ਜਾਓ ਲੈ ਜਾਓ, ਜੇ ਤੁਹਾਨੂੰ ਲੜਕੀ ਦੇ ਭੈਣ ਦੇ ਬਦਲੇ ਤੋਹਫ਼ਾ ਮਿਲ ਜਾਵੇ ਤਾਂ ਫੇਰ ਵੀ ਕੋਈ ਸਸਤਾ ਔਖਾ ਮਹਿੰਗਾ ਸੌਦਾ ਨਹੀਂ, ਬੜਾ ਮਨ ਖੁਸ਼ ਹੋਣਾ ਚਾਹੀਦਾ। ਆਪਣੀ ਲੜਕੀ ਨੂੰ ਵੀ ਮਾਤਾ ਨੇ ਪਿਆਰ ਕੀਤਾ, ਪਿਤਾ ਦੇ ਨਾਲ ਤੋੜਤਾ, ਲੜਕੀ ਤੇ ਭੈਣ ਦੋਨਾਂ ਦੇ ਬਦਲੇ ਕਹਿਣ ਲੱਗਾ ਲੈ ਭਰਾਵਾ ਲਿਆ, ਹੁਣ ਤਾਂ ਇਹ ਤੋਤਾ ਪੀਂਦਾ, ਕਹਿਣ ਲੱਗਾ ਹਾਂ ਲੈ ਜਾ, ਹੁਣ ਇਹਦੀ ਕੀਮਤ ਪੂਰੀ ਹੋ ਗਈ ਆ। ਸਿੱਖ ਤੋਤਾ ਲੈ ਕੇ ਪਿੰਜਰਾ ਭੱਜ ਲਿਆ, ਜਿਹਦਾ ਸਤਿਗੁਰੂ ਜੀ ਜੰਗਲ ਨੂੰ ਗਏ ਸਨ ਸ਼ਿਕਾਰ ਦੇ ਬਹਾਨੇ, ਬਾਗ ਦੀ ਸੈਰ ਕਰਨ ਵਾਸਤੇ। ਪਰ ਸਤਿਗੁਰੂ ਮਹਾਰਾਜ ਥੋੜ੍ਹਾ ਜਿਹਾ ਫਿਰ ਤੁਰ ਕੇ ਆਪਣੇ ਵਾਪਸ ਘਰ ਆ ਗਏ, ਆਸਣ ਤੇ ਆ ਗਏ, ਇਹ ਬਾਹਰ ਭਰਨ ਵਾਸਤੇ ਚਲੇ ਗਿਆ। ਹੁਣ ਲੜਕੀ ਨੂੰ ਤੇ ਸਿੱਖ ਦੀ ਭੈਣ ਨੂੰ ਲੈ ਕੇ ਜਦ ਉਹ ਤੋਤੇ ਵਾਲਾ ਆਪਣੇ ਘਰ ਪਹੁੰਚਿਆ, ਘਰ ਵਾਲੀ ਦੇਖ ਕੇ ਉੱਪਰੀਆਂ ਲੜਕੀਆਂ ਨੂੰ ਬੜਾ ਹੈਰਾਨ ਹੋਈ, ਚਲ ਜੀ ਹੋ ਕੇ ਬੋਲੀ ਕੌਣ ਆਏ, ਕਿੱਥੋਂ ਲੈਂਦੀਆਂ ਬੱਚੀਆਂ ਲਗੋਪੁਰੀ ਲੜਕੀਆਂ। ਕਹਿਣ ਲੱਗਾ ਤਾਂ ਤੂੰ ਆਰਾਮ ਨਾ ਸੁਣ ਲਾ, ਇਹ ਤੋਤੇ ਦੇ ਬਦਲੇ ਮੈਂ ਸਿੱਖ ਦੇ ਗੁਣ ਲੜਕੀ ਤੇ ਭੈਣ ਉਹਦੀ ਪ੍ਰਾਪਤ ਕੀਤੀ, ਇਹ ਹੁਣ ਆਪਣੀਆਂ ਹਨ, ਇਹਨਾਂ ਤੇ ਮੇਰਾ ਹੱਕ ਹੈ, ਸਿੱਖ ਨੇ ਖੁਸ਼ੀ ਨਾਲ ਦਿੱਤੀਆਂ ਹਨ, ਤੋਤਾ ਉਸਨੂੰ ਦੇ ਦਾ ਪਿੰਜਰਾ। ਇਹ ਗੱਲਾਂ ਸੁਣ ਕੇ ਉਹਦੇ ਘਰ ਵਾਲੀ ਲੋਹਾ ਲੱਖ ਅੱਖਾਂ ਲਾਲ ਹੋ ਗਈਆਂ, ਅੱਗ ਦੇ ਗਿਆਰਾਂ ਨੂੰ ਅੱਖਾਂ ਮੱਚਣ ਲੱਗੀਆਂ, ਕ੍ਰੋਧ ਨਾਲ ਭਰ ਗਈ, ਕਹਿਣ ਲੱਗੀ ਦੁਲਟਾ ਪਾਪੀ ਆ, ਕਿਉਂ ਆਪਣਾ ਬੇੜਾ ਰੋਕਣਾ ਚਾਹੁੰਦਾ, ਕੀ ਤੈਨੂੰ ਰੱਬ ਦਾ ਭੈ ਨੀ, ਤੂੰ ਇਹ ਸੋਚ ਵੀ ਜਿਹੜਾ ਤੋਤਾ ਹੈ ਉਹ ਦੋ ਬੱਚੀਆਂ ਦੇ ਬਦਲ ਬਦਲੇ ਉਹਦੀ ਕੀਮਤ ਆ, ਜੋ ਇੱਕ ਜਾਨਵਰ ਪੜ ਕੇ ਸਿਖਾਇਆ ਜਾ ਸਕਦਾ ਹੈ, ਤੇ ਤੂੰ ਇਤਨੀ ਵੱਡੀ ਕੀਮਤ ਭਾਈ ਹਰਪਾਲ ਗੁਰੂ ਦਾ ਪ੍ਰੇਮੀ ਸਿੱਖ ਹੈ, ਜੇ ਉਹਨੇ ਤੈਨੂੰ ਬੋਲ ਕੇ ਨੀ ਪਰ ਉਹਦੀ ਅੰਦਰ ਦੁਰਸੀਸਾਂ ਗੰਦੀਆਂ ਹੋਣਗੀਆਂ, ਫਿਰ ਉਹਦਾ ਗੁਰੂ ਬੜਾ ਡਾਢਾ ਹੈ, ਸ਼ਸਤਰਧਾਰੀ ਹੈ, ਤੈਨੂੰ ਸ਼ਰਾਬ ਦੇ ਕੇ ਬੇੜਾ ਗਰਕ ਕਰ ਦੇਣਗੇ, ਜੇ ਨਹੀਂ ਸ਼ਰਾਬ ਦੇਣਗੇ ਉਹ ਤੈਨੂੰ ਉਹੀ ਮਾਰ ਦੇਣਗੇ, ਜਾਣੋ ਪਤਾ ਨੀ ਕਿਵੇਂ ਕੁੱਤਿਆਂ ਦਾ ਸਰੀਰ ਤਰੋਣਾ,
ਡਰ ਰੱਬ ਤੋਂ, ਡਰ ਖੁਦਾ ਤੋਂ, ਤੇ ਚੱਲ ਇਹਨਾਂ ਲੜਕੀਆਂ ਵਾਸਤੇ ਜੋ ਮਾੜਾ ਚਿੱਤ ਹੋਇਆ ਤੂੰ ਉਹਦਾ ਬੁਰਾ ਚਿੱਤ ਕਰਵਾ, ਸਤਿਗੁਰਾਂ ਦੇ ਚਰਨਾਂ ਵਿੱਚ ਲੈ ਕੇ ਚੱਲ ਮੈਂ ਨਾਲ ਚੱਲਦੀ। ਉਹ ਘਰ ਵਾਲੀ ਚੰਗੀ ਦਾ ਰੂਪ ਹੋ ਕੇ ਬਹੁਤ ਹਵਾ ਤਵਾ ਬੋਲਦੀ ਹੋਈ ਇਹਨੂੰ ਨਾਲ ਲੈ ਕੇ ਦੋ ਚਾਹ ਮੇਰਾ ਬੇੜਾ ਗਰ ਪਾਉਣਾ ਸੀ, ਮੇਰਾ ਵੀ ਦਰਬਾਰੇ ਨਾਲ ਗੱਲਾਂ ਦਾ ਰੁਕੀਆਂ ਕੌੜੀਆਂ ਲੱਗੀਆਂ ਘਰ ਵਾਲੇ ਦੀਆਂ, ਪਰ ਇਹਦੀਆਂ ਗੱਲਾਂ ਨੇ ਇਹਦੇ ਮੰਗ ਦੀ ਮੈਲ ਉਤਾਰਤੀ, ਮਾਇਆ ਲਾਭ ਦੀ ਮੰਗ ਜੋ ਪਈ ਹੋਈ ਸੀ, ਮਾੜਾ ਪੁਰਨਾ ਮਾੜੇ ਵਿਚਾਰ ਸੋਚਣ ਲੱਗਾ ਵੀ ਗੱਲ ਤਾਂ ਠੀਕ ਆ, ਛੇਵਾਂ ਸਤਿਗੁਰੂ ਬੜਾ ਬਲਵਾਨ ਹੈ, ਮੇਰੀ ਪੀੜੀ ਦਾ ਮਾਲਕ ਹੈ, ਬਚਨਾਂ ਦੇ ਪੂਰੇ ਹਨ, ਜਿਹਦਾ ਇਹ ਸੇਵ ਜਿਹਨਾਂ ਵਾਸਤੇ ਸਿੱਖ ਐਡੀ ਵੱਡੀ ਕੁਰਬਾਨੀ ਕਰ ਰਿਹਾ, 100 ਰੁਪਏ ਇਹਦੀ ਕੀਮਤ ਸੀ ਵੱਧ ਤੋਂ ਵੱਧ, ਪਰ ਮੈਂ 1000 ਵੀ ਠਕਰਾਇਆ, 100 ਵੀ ਠਕਰਾਇਆ, ਅਖੀਰ ਭੈਣ ਮੰਗੀ ਉਹ ਵੀ ਲਿਆ ਸੀ, ਧੀ ਮੰਗੀ ਉਹ ਵੀ ਲਿਆ ਸੀ, ਸਿੱਖ ਦੀ ਕੁਰਬਾਨੀ ਬਹਾਦਰੀ ਆਪਣੇ ਗੁਰੂ ਦੇ ਵਾਸਤੇ, ਪਰ ਮੈਂ ਆਪਣਾ ਨੀਚਪੁਣਾ ਦਿਖਾਇਆ ਵਾਰ ਵਾਰ, ਹੈ ਮੈਂ ਡੰਡ ਦੇ ਯੋਗ ਵੀ, ਇਹ ਉਹਦੀ ਅੱਖਾਂ ਖੁੱਲ ਗਈਆਂ, ਮਨ ਦੇ ਵਿੱਚ ਪਛਤਾਵਾ ਕਰਨ ਲੱਗ ਪਿਆ, ਮਨ ਇਹਦਾ ਭਲਾ ਹੀ ਹੋਣਾ ਸੀ ਇਸ ਬਹਾਨੇ। ਤੇ ਭਾਈ ਹਰਪਾਲ ਦੀ ਮਨ ਇੱਕ ਪ੍ਰੀਖਿਆ ਸੀ, ਉਹਦੀ ਸਿੱਖੀ ਪਰਖਣੀ ਸੀ ਉਹਦੇ ਭਲਾ ਕਰਨ ਵਾਸਤੇ, ਫਿਰ ਤੁਰ ਕੇ ਮੁੜ ਆਇਆ ਇਤਨੇ ਚਿਰ ਨੂੰ ਉਹ ਤੋਤੇ ਵਾਲਾ ਆਪਣੀ ਘਰਵਾਲੀ ਦੇ ਸਮੇਤ ਦੋਨਾਂ ਬੱਚੀਆਂ ਨੂੰ ਲੈ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਘਰਵਾਲੀ ਦੇ ਗਲ 'ਚ ਪੱਲਾ ਪਾ ਕੇ ਚਰਨਾਂ ਦੇ ਜਿਹੜਾ ਕੇ ਚਰਨ ਧੋਤੇ ਰੋ ਰੋ ਕੇ ਕਹਿਣ ਲੱਗੀ, ਮਹਾਰਾਜ ਮੇਰੇ ਅਮੂਰਤ ਪਤੀ ਨੇ ਬਹੁਤ ਵੱਡਾ ਅਨੁਰਾਧ ਕੀਤਾ ਤੁਹਾਡੇ ਸਿੱਖ ਦਾ, ਇੱਕ ਤੋਤੇ ਦੇ ਬਦਲੇ ਆ ਦੋਨੇ ਬੱਚੀਆਂ ਪ੍ਰਾਪਤ ਕੀਤੀਆਂ, ਇਹ ਲਟਕੋ ਦਾ ਦਿੱਤਾ ਹੈ, ਤੇ ਮੈਂ ਇਸਨੂੰ ਲੈ ਕੇ ਆਈ ਇਹਦੇ ਗੁਲਾਮ ਬਖਸ਼ ਦੇ, ਇਹ ਵੀ ਮੂਰਤਾ ਇਹਦੀ ਮੂਰਖਤਾ ਨਾ ਚਿਤਾਵੇ ਦੇ ਆਪਣ ਨਾ ਚਿਤਾਨੂੰ, ਮਹਾਰਾਜ ਮਨੁੱਖਤਾ ਪਿੰਡਾਂ ਪੂਰਨ ਹਾਰ ਹੈ, ਆਪਣੇ ਚਰਨੀ ਲਾਓ ਇਹਦਾ ਵੀ ਉਧਾਰ ਕਰੋ। ਜਦ ਮਹਾਰਾਜ ਨੇ ਸਾਖੀ ਸੁਣੀ ਭਾਈ ਹਰਪਾਲ ਦੀ, ਇਤਨੀ ਵੱਡੀ ਕੁਰਬਾਨੀ ਇੱਕ ਤੋਤੇ ਦੇ ਬਦਲੇ, ਮਹਾਰਾਜ ਦਾ ਰੂਲੋ ਪਿੰਡਾ ਖੜਾ ਹੋ ਗਿਆ, ਨਿਕਲਣ 'ਚ ਪਾਣੀ ਭਰਿਆ ਆ, ਵੀ ਸਿੱਖ ਇਤਨੀ ਵੱਡੀ ਤੋਂ ਵੱਡੀ ਕੁਰਬਾਨੀ ਕਰ ਸਕਦਾ ਹੈ ਆਪਣੇ ਗੁਰੂ ਦੀ ਖੁਸ਼ੀ ਵਾਸਤੇ, ਕੀ ਮੂਲੀ ਜਾਣਵਾ ਸੀ, ਅਸੀਂ ਜਾਂਦੇ ਜਾਂਦੇ ਕਹੀ ਗਏ ਸੀ, ਪਰ ਉਸਨੂੰ ਪ੍ਰਾਪਤ ਕਰਨ ਵਾਸਤੇ ਕਿਤਨੀ ਵੱਡੀ ਕੁਰਬਾਨੀ ਕੀਤੀ ਹੈ, ਭੈਣ ਦਿੱਤੀ, ਧੀ ਦਿੱਤੀ, ਫਿਰ ਜਾ ਕੇ ਤੋਤਾ ਪ੍ਰਾਪਤ ਕੀਤਾ ਹੈ। ਮਹਾਰਾਜ ਸਿੱਖ ਦਾ ਪਿਆਰ ਦੇ ਕੇ ਬੜੇ ਹੈਰਾਨ ਹੁੰਦੇ ਜਾ ਰਹੇ ਸਨ, ਉਹ ਲੜਕੀ ਨੂੰ ਕਹਿਣ ਲੱਗੇ ਬੇਟਾ ਕੋਈ ਨੀ, ਬਸ ਇਹ ਤੁਸੀਂ ਮੁੜ ਆਇਓ, ਸਵੇਰ ਤੋਂ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ, ਭੁੱਲਿਆ ਨੀ ਜਾਣਾ ਜਾਂਦਾ, ਫਿਰ ਵੀ ਵੇਲੇ ਸਿਰ ਮੱਤ ਆ ਗਈ ਇਸਨੂੰ, ਤੇ ਚਲੋ ਗੁਰੂ ਨਾਨਕ ਤੁਹਾਡੇ ਬੇੜੇ ਪਾਰ ਕਰੋ, ਗੁਰੂ ਨਾਨਕ ਦਾ ਧਿਆਨ ਕਰੋ, ਪ੍ਰਾਸ਼ਿਤ ਕਰੋ, ਸੰਗਤ ਦੇ ਜੋੜੇ ਸਾਫ਼ ਕਰੋ, ਝਾੜੂ ਫੇਰੋ, ਇਹ ਤੁਹਾਡਾ ਭਲਾ ਹੋ ਜਾਵੇਗਾ, ਇਸ ਬਹਾਨੇ ਤੁਹਾਡਾ ਵੀ ਭਲਾ ਹੋਣਾ ਸੀਗਾ। ਕੋਈ ਅਰਪਾਲ ਹੈ ਆਤਮ ਵਿੱਚ ਤੋਤਾ ਹੈ, ਖੁਸ਼ੀ ਦੇ ਨਾਲ ਨੱਚਦਾ ਆਉਂਦਾ ਹੈ, ਤੇ ਅੱਗੇ ਕੀ ਦੇਖਿਆ ਭੈਣ ਕੀ ਸਤਿਗੁਰਾਂ ਦੇ ਚਰਨਾਂ 'ਚ ਬੈਠੀਆਂ ਹਨ, ਉਹੀ ਮੂਰਖ ਤੋਤੇ ਵਾਲਾ ਉਹਦੇ ਘਰ ਵਾਲੀ ਬੈਠੀ ਸਤਿਗੁਰਾਂ ਦੇ ਪਾਸ, ਦੋਨਾਂ ਦੇ ਨੇਤਰਾਂ ਵਿੱਚੋਂ ਪਾਣੀ ਚੱਲ ਰਿਹਾ ਹੈ। ਭਾਈ ਹਰਪਾਲ ਨੇ ਚਰਨਾਂ ਵਿੱਚ ਤੋਤਾ ਰੱਖ ਕੇ ਸੱਚੇ ਪਾਤਸ਼ਾਹ ਸੌਦਾ ਕਰਨ ਵਿੱਚ ਪਾਤਸ਼ਾਹ ਦੇਰ ਹੋ ਗਈ, ਨਹੀਂ ਤਾਂ ਪਹਿਲੇ ਹੀ ਆਪਦੇ ਚਰਨਾਂ ਵਿੱਚ ਮੈਂ ਪਹੁੰਚ ਜਾਂਦਾ, ਤੇ ਗਲਤੀ ਮਾਫ਼ ਕਰੋ ਮਹਾਰਾਜ ਜੀ, ਦੇਰੀ ਹੋ ਗਈ ਬਹੁਤ ਜ਼ਿਆਦੀ। ਤੇ ਮਹਾਰਾਜ ਦਾ ਕੰਠ ਰੁਕ ਗਿਆ, ਨੇਤਰ ਭਰਿਆ ਹੈ, ਫਿਰ ਇਸਦੀ ਸਿੱਖ ਦੀ ਇਤਨੀ ਵੱਡੀ ਕੁਰਬਾਨੀ ਦੇ ਕੇ ਕਹਿਣ ਲੱਗੇ, ਭਾਈ ਹਰਪਾਲ ਤੂੰ ਮਾਮੂਲੀ ਚੀਜ਼ ਵਾਸਤੇ ਇਤਨੀ ਵੱਡੀ ਕੁਰਬਾਨੀ ਕੀਤੀ, ਜਾ ਨਿਹਾਲ ਨਿਹਾਲ ਨਿਹਾਲ, ਸਾਰਾ ਪਰਿਵਾਰ ਕਰ ਗਿਆ, ਇਹ ਬੱਚੀਆਂ ਸਾਡੀਆਂ ਹਨ, ਅਸੀਂ ਆਪੇ ਇਹਨਾਂ ਦੀ ਥਾਂ ਯੋਗ ਪਾ ਕੇ ਇਹਨਾਂ ਦੀ ਸ਼ਾਦੀ ਕਰਾਂਗੇ, ਮੈਨੂੰ ਇਹਦਾ ਤੇਰਾ ਫਿਕਰ ਹੀ ਮੁਕਾ ਸਕਦੇ। ਇਹ ਸਤਸੰਗ ਭਾਈ ਹਰਪਾਲ ਦਾ ਸਾਰਾ ਪਰਿਵਾਰ ਹੀ ਸਤਿਗੁਰਾਂ ਨੇ ਕਿਰਪਾ ਕਰਕੇ ਨਾਮ ਦੇ ਜਹਾਜ਼ ਚੜ ਕੇ ਤਾਰ ਦਿੱਤਾ। ਆਪ ਸੰਗਤ ਦਾ ਰੰਗਤ ਇੱਕ ਤੋਤੇ ਦਾ ਪਿੰਜਰੇ ਵਿੱਚ ਰਾਮ ਰਾਮ ਬੋਲਣ ਵਾਲਾ ਤੋਤਾ ਸਤਿਗੁਰਾਂ ਨੇ ਨਿਗਾਹੀ ਕੀਤੀ ਸੀ, ਪਰ ਸਿੱਖ ਨੇ ਉਸੇ ਸਮੇਂ ਹੀ ਵੱਡੀ ਤੋਂ ਵੱਡੀ ਕੁਰਬਾਨੀ ਕਰਕੇ ਤੋਤਾ ਪ੍ਰਾਪਤ ਕਰਕੇ ਸਤਿਗੁਰਾਂ ਚਰਨਾਂ ਵਿੱਚ ਭੇਟਾ ਕਰਤਾ। ਗੱਲ ਦਾ ਮੂਲ ਹੀ ਸੀ,
ਪਰ ਕੁਰਬਾਨੀ ਬਹੁਤ ਵੱਡੀ ਸੀ ਸਿੱਖ ਦੀ, ਹਰ ਕਿਤਨੀ ਵੱਡੀ ਕੁਰਬਾਨੀ ਨਹੀਂ ਕਰ ਸਕਦਾ। ਸਤਿਗੁਰ ਨੇ ਉਹਦੀ ਕੁਰਬਾਨੀ ਬਦਲੇ, ਉਹਦੇ ਸਾਰੇ ਪ੍ਰਭਾਵ ਦਾ ਭਲਾ ਕਰਤਾ। ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ, ਸਾਰੇ ਪਰਿਵਾਰ ਨੂੰ ਨਾਮ ਦੇ ਬੇੜੇ ਚੜਾ ਕੇ ਸਾਰਿਆਂ ਦਾ ਭਲਾ ਕਰ ਦਿੱਤਾ। Thank you.
Oh, man.